ਮੈਂ ਦੱਸਦਾ ਜੀ, ਮੈਂ ਇੱਕ ਬਹੁਤ ਹੀ ਸਧਾਰਨ ਜੀ ਫੈਮਿਲੀ ਚੋਂ ਹੈਗਾ ਸੀਗਾ। ਹੁਣ ਮੇਰੇ ਕੋਲ ਆਈਫੋਨ 7 ਹੈ, ਹੁਣ ਕੋਈ ਚੱਕਰ ਨਹੀਂ। ਸਾਡੇ ਗਰੀਬਾਂ 'ਚ ਪਤਾ ਕੀ ਹੁੰਦਾ, ਕੋਈ ਗੈਸਟ ਆ ਜਾਏ ਨਾ ਘਰ ਤਾਂ ਅਸੀਂ ਖੁਸ਼ ਹੋ ਜਾਈਦਾ। ਇਸ ਕਰਕੇ ਨਹੀਂ ਮਾਮਾ ਜੀ ਆਏ ਆ, ਕੋਈ ਪਰਵਾਹ ਨਹੀਂ ਮਾਮਾ ਜੀ ਦੀ, ਮਾਮਾ ਜੀ ਖਾਣ ਵਾਲੀ ਚੀਜ਼ ਲੈ ਕੇ ਆਏ ਹੈ, ਮੇਨ ਖੁਸ਼ੀ ਉਹਦੀ ਹੁੰਦੀ ਹੈ। ਜਿੱਦਾਂ ਹੀ ਮਾਮਾ ਗਿਆ ਸੀ ਖਾਣ ਵਾਲੀ ਚੀਜ਼ ਨੂੰ, ਜਿੱਦਾਂ ਹੀ ਖਾਣ ਲੱਗਦੇ ਹੈ, ਮੰਮੀ ਦਾ ਇੱਕ ਡਾਇਲੋਗ ਆਉਂਦਾ ਹੈ, ਰਹਿਣ ਦੇ ਆਏ ਗਏ ਲਈ ਰੱਖ ਲੈ ਆਏ ਗਏ ਲਈ। ਮੈਂ ਰੇਡੀਓ ਮਿਰਚੀ ਲੱਗ ਗਿਆ, ਮੇਰੀ ਜੋਬ ਲੱਗੀ, ਮੈਨੂੰ ਡਿਨਰ ਸੈੱਟ ਮਿਲਿਆ। ਮੈਂ ਕਿਹਾ ਮੰਮੀ ਨਵੀਂ ਡਿਨਰ ਸੈੱਟ 'ਤੇ ਰੋਟੀ ਪਾਓ। ਮੰਮੀ ਦਾ ਡਾਇਲੋਗ, ਰਹਿਣ ਦੇ ਆਏ ਗਏ ਲਈ ਰੱਖ ਲੈ ਆਏ ਗੱਲ। ਪਰਸੋਂ ਮੇਰੇ ਮੰਮੀ ਕਹਿੰਦੇ ਵਿਆਹ ਕਰਾ ਲੈ। ਉਹ ਮੈਂ ਕਿਹਾ ਮੰਮੀ ਨਹੀਂ, ਮੈਂ ਕਿਸੇ ਦੀ ਕੁੜੀ ਘਰ ਲਿਆਉਂਗਾ, ਤੁਸੀਂ ਕੀ ਕਹੋਗੇ? ਉਹ ਮੈਂ ਕਿੱਦਾਂ ਕਰ ਲਾਂ ਯਾਰ ਵਿਆਹ। ਵੈਸੇ ਇੱਕ ਗੱਲ ਹੈ, ਸਾਡੇ ਜਿਹੜੇ ਪੰਜਾਬੀ ਹੈ, ਦਿਲ ਦੇ ਬੜੇ ਖੁੱਲ੍ਹੇ ਹੈ, ਆਪਣੇ 'ਤੇ ਮਜ਼ਾਕ ਕਰਦੇ ਆ, ਬੜੀ ਚੰਗੀ ਗੱਲ ਹੈ। ਆਪਣੇ ਸਕੂਟਰ 'ਤੇ ਪਿੱਛੇ ਵੋਟੀ ਬਿਠਾਈ ਹੁੰਦੀ ਹੈ, ਥੱਲੇ ਲਿਖਿਆ ਹੁੰਦਾ ਦੇਖੀ ਜਾਓ ਛੇੜੀ ਨਾ। ਚੰਗੇ ਹੈ, ਸਾਨੂੰ ਆਪਣੇ 'ਤੇ ਮਜ਼ਾਕ ਕਰਨਾ ਆਉਂਦਾ ਹੈ। ਸਾਡੇ ਪੰਜਾਬੀ ਬੱਚੇ ਬੜੇ ਅੱਛੇ ਹੈ, ਲੋਕ ਜਿਹੜੇ ਬਾਕੀ ਬੱਚੇ ਆ, ਟਵਿੰਕਲ ਟਵਿੰਕਲ ਲਿਟਲ ਸਟਾਰ ਸਿੱਖਦੇ ਹੈ, ਜੋਨੀ ਜੋਨੀ ਯੈਸ ਪਾਪਾ। ਸਾਡੇ ਪਾਪਾ ਨਹੀਂ, ਮਾਂ ਨੂੰ ਜ਼ਿਆਦਾ ਯਾਦ ਕਰੋ ਤੇਰੀ। ਸਾਡੀ ਸਟਾਰਟਿੰਗ ਇੱਥੋਂ ਹੁੰਦੀ, ਮੈਂ ਆਪਣੇ ਦੋਸਤ ਦੇ ਘਰ ਗਿਆ, ਉੱਥੇ ਛੋਟਾ ਜਿਹਾ ਬੱਚਾ, ਮੈਂ ਉਹਦੇ ਘਰ ਗਿਆ ਅਤੇ ਮੈਨੂੰ ਕਹਿੰਦਾ ਚਾਚੂ ਆ ਗਏ। ਮੈਂ ਖੁਸ਼ ਹੋ ਗਿਆ, ਮੈਂ ਕਿਹਾ ਕਿੰਨਾ ਅੱਛਾ ਬੱਚਾ ਹੈ, ਕਿੰਨੇ ਅੱਛੇ ਸੰਸਕਾਰ ਹੈ। ਅੱਲ ਫੜ 50 ਰੁਪਏ, ਮੈਂ ਕਿਹਾ ਚੀਜ਼ੀ ਖਾ, ਇੰਜੋਏ ਕਰ ਬੇਟਾ। ਅੱਛਾ, ਅਗਲੇ ਦਿਨ ਮੈਂ ਉਹਦੇ ਘਰ ਗਿਆ, ਕਹਿੰਦਾ ਮਾਮੂ ਆ ਗਏ। ਮੈਂ ਕਿਹਾ ਕੀ ਚੱਕਰ ਹੈ, ਕੱਲ੍ਹ ਚਾਚੂ ਕਿਹਾ ਸੀ, ਅੱਜ ਮਾਮੂ ਕਿਉਂ? ਕਹਿੰਦਾ ਦਰਅਸਲ ਜਦੋਂ ਤੁਸੀਂ ਕੱਲ੍ਹ ਆਏ ਸੀਗੇ ਅਤੇ ਮੇਰੇ ਡੈਡੀ ਕਹਿੰਦੇ ਸੀ ਆ ਗਿਆ ਮੇਰਾ ਭਰਾ। ਮੈਂ ਕਿਹਾ ਅੱਜ ਮਾਮੂ ਕਿਉਂ? ਕਹਿੰਦਾ ਅੱਜ ਡੈਡੀ ਕਹਿੰਦੇ ਇਹ ਸਾਲਾ ਫੇਰ ਆ ਗਿਆ। ਬੜਾ ਮਾੜਾ ਹੁੰਦਾ ਭਾਅ ਜੀ ਸਾਡੇ ਨਾਲ ਕਈ ਵਾਰੀ। ਅੱਛਾ, ਪੰਜਾਬੀ ਇੰਨੇ ਸਿੱਧੇ ਆ, ਸ਼ੈਂਪੂ ਖਤਮ ਹੋ ਜਾਏਗਾ ਬੋਤਲ ਸਿੱਟਣਗੇ ਨਹੀਂ, ਉਹ 'ਚ ਪਾਣੀ ਪਾ ਪਾ ਕੇ ਹਿਲਾ ਲਾ ਕੇ ਪਾਣ ਗਿਆ ਹੈਗਾ। ਅਜੇ ਅੱਜ ਦਾ ਦਿਨ ਲੰਘ ਜਾਊਗਾ। ਫੇਸਬੁੱਕ 'ਤੇ ਕੌਣ ਕੌਣ ਹੈ? ਫੇਸਬੁੱਕ 'ਤੇ ਹੱਥ ਖੜਾ ਕਰੋ, ਸਾਰੇ ਬੋਲੋ, ਸਾਰੇ ਬੋਲੋ, ਮਿਲ ਕੇ ਬੋਲੋ। ਇੱਧਰ ਤਾਂ ਮੈਨੂੰ ਲੱਗਦਾ ਚੌਂਕੀ ਆ ਗਈ। ਚਲੋ, ਧਾਰਮਿਕ ਕੰਮ ਵੀ ਨਾਲ ਨਾਲ ਚੱਲਣਾ ਚਾਹੀਦਾ ਹੈ। ਵੈਸ਼ਨੋ ਦੇਵੀ ਕੌਣ ਕੌਣ ਗਿਆ ਹੈ, ਹੱਥ ਖੜਾ ਕਰੀਓ। ਮੈਂ ਨਾ ਅਸਲੀ ਗੱਲਾਂ ਦੱਸੂੰਗਾ, ਆਪਣੇ ਵੱਲੋਂ ਬੁਲਾਈਆਂ ਨਹੀਂ। ਜਦੋਂ ਬੰਦਾ ਪਹਿਲੀ ਵਾਰੀ ਵੈਸ਼ਨੋ ਦੇਵੀ ਜਾਂਦਾ ਨਾ, ਉਹ 'ਚ ਬੜੀ ਐਨਰਜੀ ਹੁੰਦੀ ਹੈ, ਭਗਤੀ ਜਾਗਦੀ ਹੈ, ਸਟਾਰਟਿੰਗ ਕਰਦਾ ਚੜ੍ਹਾਈ ਦੀ, ਜਕਾਰਾ ਲੈਂਦਾ ਹੈ, ਸਾਰੇ ਬੋਲੋ, ਆਵਾਜ਼ ਆਉਣੀ ਚਾਹੀਦੀ ਹੈ, ਸਾਰੇ ਬੋਲੋ, ਮਿਲ ਕੇ ਬੋਲੋ। ਅੱਛਾ, ਹੁਣ 5 ਕਿਲੋਮੀਟਰ ਚੱਲ ਚੁੱਕਿਆ ਹੈ, ਹਾਲਤ ਹੋ ਗਈ ਹੈ ਖਰਾਬ, ਥੱਕ ਗਿਆ, ਫਿਰ ਜਕਾਰਾ ਕਿੱਦਾਂ ਹੁੰਦਾ ਹੈ? ਸਾਰੇ ਬੋਲੋ, ਜੈ ਮਾਤਾ ਦੀ, ਮਿਲ ਕੇ ਬੋਲੋ। ਹੁਣ ਮੰਦਰ ਆਉਣ ਨੂੰ ਰਹਿ ਗਏ ਸਿਰਫ 2 ਕਿਲੋਮੀਟਰ। ਉਤਰਾਈ ਤੋਂ ਜਿਹੜਾ ਬੰਦਾ ਆਉਂਦਾ, ਉਹ ਤਾਂ ਜੋਸ਼ 'ਚ ਹੈ, ਸਾਡਾ ਬੁਰਾ ਹਾਲ ਹੈ। ਉਤਰਾਈ ਤੋਂ ਬੰਦਾ ਆ ਰਿਹਾ, ਕਹਿੰਦਾ ਸਾਰੇ ਬੋਲੋ ਇੱਧਰੋਂ, ਉਹ ਤਾਂ ਠੀਕ ਹੈ, ਇਹ ਦੱਸ ਰਹਿ ਕਿੰਨਾ ਗਿਆ। ਤਾਲੀਆਂ ਮਾਰੋ ਜੇ ਚੰਗਾ ਲੱਗਾ ਤਾਂ, ਥੈਂਕ ਯੂ। ਅੱਛਾ, ਫੇਸਬੁੱਕ 'ਤੇ ਅਗਰ ਕੋਈ ਮੁੰਡਾ ਸਟੇਟਸ ਪਾ ਦੇ ਨਾ, ਕੁੜੀਆਂ ਦਾ ਸਟੇਟਸ ਔਰ ਮੁੰਡਿਆਂ ਦਾ ਸਟੇਟਸ 'ਚ ਜ਼ਮੀਨ ਆਸਮਾਨ ਦਾ ਫਰਕ ਹੈ। ਮੁੰਡਾ ਵਿਚਾਰਾ ਮੇਰੇ ਵਰਗਾ, ਕੁੜੀ ਲਿਖਦੇ ਗਈ ਨਾ ਫੇਸਬੁੱਕ 'ਤੇ, ਆਈ ਐਮ ਸੋ ਟਾਇਰਡ। ਭਾਅ ਜੀ 150-200 ਕਮੈਂਟ ਆ ਜਾਣਗੇ, ਲੱਤਾਂ ਘੁੱਟ ਦਈਏ, ਬੇਬੀ ਟੇਕ ਰੈਸਟ। ਔਰ ਇਹੀ ਕਿਤੇ ਮੁੰਡਾ ਸਟੇਟਸ ਪਾ ਦੇ, ਅੱਜ ਮੈਂ ਥੱਕ ਗਿਆ, ਕਮੈਂਟ ਕੀ ਆਣਗੇ, ਬਾਬੇ ਤੇ ਗਿਆ ਹੀ ਹੋਏ, ਕਿੱਥੇ ਗਿਆ ਸੀਗਾ। ਫੇਸਬੁੱਕ ਦਾ ਜ਼ਮਾਨਾ ਹੈ। ਇੱਕ ਕੁੜੀ ਹਸਪਤਾਲ 'ਚ ਦਾਖਲ ਹੋ ਗਈ, ਉਹਦੀ ਮਾਂ ਰੋਣ ਡਈ, ਕਹਿੰਦੀ ਬੁਰਾ ਹਾਲ ਹੈ, ਬੁਰਾ ਹਾਲ ਹੈ। ਗੁਆਂਢੀ ਪੁੱਛਣ ਆਏ, ਕਹਿੰਦੇ ਹੋਇਆ ਕੀ? ਹੋਣਾ ਕੀ ਸੀਗਾ? ਮੇਕਅਪ ਕਰਕੇ ਫੋਟੋ ਪਾਈਏ, ਸੋ ਗਈਏ, ਸਵੇਰੇ ਉੱਠ ਕੇ ਦੇਖਿਆ ਇੱਕ ਵੀ ਲਾਈਕ ਨਹੀਂ, ਕੋਮਾ 'ਚ ਚਲੀ ਗਈ। ਫੇਸਬੁੱਕ ਦਾ ਇੰਨਾ ਕਰੇਜ਼ ਹੋਇਆ ਪਿਆ। ਅੱਛਾ, ਕਿਹੜੇ ਕਿਹੜੇ ਇੱਥੇ ਇੱਦਾਂ ਦੇ ਨੇ ਜਿਨ੍ਹਾਂ ਦੀ ਸਾਸੂ ਮਾਂ ਹੈ? ਕਿੰਨੇ ਖੁਸ਼ ਹੋ ਕੇ ਕਹਿਣ ਡੇ। ਇੱਕ ਵਾਰੀ ਨਾ ਇੱਕ ਸੱਸ ਅਤੇ ਨੂੰਹ ਬੈਠੇ ਹੋਏ ਉੱਥੇ ਭਜਨ ਚੱਲਦੇ ਪਏ, ਉਹ ਕਹਿੰਦੇ ਹੱਥ ਖੜਾ ਕਰੋ, ਬਾਬਾ ਜੀ ਕਹਿੰਦੇ ਜਿਹਨੇ ਸਵਰਗ ਜਾਣਾ ਹੈ, ਭਗਵਾਨ ਕੋ ਮਿਲਣਾ ਹੈ, ਸਵਰਗ ਜਾਣਾ ਹੈ। ਸੱਸ ਨੇ ਹੱਥ ਖੜਾ ਕਰਤਾ, ਨੂੰਹ ਨੇ ਹੱਥ ਖੜਾ ਹੀ ਨਹੀਂ ਕੀਤਾ। ਬਾਬਾ ਕਹਿੰਦਾ ਨੂੰਹ ਤੂੰ ਨਹੀਂ ਸਵਰਗ ਜਾਣਾ? ਕਹਿੰਦੀ ਜੇ ਸਵਰਗ ਚਲੀ ਗਈ, ਮੇਰਾ ਤਾਂ ਇੱਥੇ ਹੀ ਸਵਰਗ। ਤਾਲੀ ਮਾਰ ਦਿਓ ਜੇ ਚੰਗਾ ਲੱਗਾ ਤਾਂ। ਬੜਾ ਪਿਆਰ ਹੁੰਦਾ, ਸੱਸਾਂ ਨੂੰ ਪਿਆਰ ਕਰੋ, ਉਹ ਤੁਹਾਨੂੰ ਧੀਆਂ ਸਮਝਣ, ਤੁਸੀਂ ਉਹਨਾਂ ਨੂੰ ਮਾਂ ਸਮਝੋ, ਜੋ ਹੋ ਨਹੀਂ ਸਕਦਾ ਮੈਨੂੰ ਪਤਾ ਹੈ। ਇੱਕ ਲੇਡੀ ਵਿਆਹ ਹੋ ਗਿਆ, 700 ਦੀ ਸੀਗੀ ਨਹੀਂ, ਦੀਦੀ ਭਾਵੁਕ ਹੋ ਕੇ ਉਹਨੇ ਸਟੇਟਸ ਪਤਾ, ਮੈਂ ਬਹੁਤ ਦੁਖੀ ਹੂੰ, ਮੇਰੀ ਸਾਸੂ ਮਾਂ ਨਹੀਂ ਹੈ। ਉਹਨੂੰ 2500-3000 ਕਮੈਂਟ ਆ ਕੇ, ਮੇਰੀ ਲੈ ਜਾ, 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 ਮੇਰੀ ਲੈ ਜਾ। ਤਾਲੀਆਂ ਹੋਣੀਆਂ ਚਾਹੀਦੀਆਂ ਨੇ। ਇੱਥੇ ਇੰਟੈਲੀਜੈਂਟ ਕੌਣ ਕੌਣ ਹੈ? ਤੁਸੀਂ ਵਿਆਹ ਕਰਾਇਆ,
ਫਿਰ ਕਿੱਦਾਂ ਇੰਟੈਲੀਜੈਂਟ ਹੱਥ ਲਿਖਣਾ? ਸਿਆਣਾ ਬੰਦਾ ਵਿਆਹ ਨਹੀਂ ਕਰਾਉਂਦਾ। ਸਰ ਤੁਸੀਂ ਵਿਆਹ ਕਰਾ ਲਿਆ? ਇੰਟੈਲੀਜੈਂਟ ਨਹੀਂ, ਅੱਛੇ ਆ ਸਾਰੇ ਜਾਣੇ। ਪੰਜਾਬੀ ਬੜੇ ਵਧੀਆ, ਸਾਰੇ ਦਿਲ ਦੇ ਚੰਗੇ ਹੁੰਦੇ ਆ, ਪਿਆਰੇ ਹੁੰਦੇ ਆ। ਅੱਛਾ ਮੈਂ ਇੱਕ ਸਵਾਲ ਪੁੱਛਦਾ ਵਾਂ, ਧਿਆਨ ਨਾਲ ਮੇਰੀ ਗੱਲਾਂ 'ਚ ਨਾ ਆਈ ਉਹ ਧਿਆਨ ਨਾਲ ਸੁਣਿਓ, ਫਿਰ ਮੈਂ ਉਹਦਾ ਜਵਾਬ ਪੁੱਛੂੰਗਾ। ਤੁਸੀਂ ਖੜ੍ਹੇ ਹੋ, ਠੀਕ ਹੈ ਦੀਦੀ? ਆਹ ਦੇਖੋ ਮੇਕਅਪ, ਭਾਅ ਜੀ ਮੇਰੇ ਨਾ ਸ਼ੇਵ ਕਰਾਈ ਨਾ ਕੁਛ, ਇੱਧਰ ਪੂਰਾ ਮੇਕਅਪ। ਕਹਿੰਦੇ ਜੋ ਲੜਕੀਓ ਕੇ ਬਾਲ ਹੋਤੇ ਹੈ, ਲੜਕੋ ਕੋ ਫਸਾਨੇ ਕੀ ਜਾਲ ਹੋਤੇ ਹੈ, ਖੂਨ ਚੂਸ ਲੇਤੀ ਹੈ ਯੇ ਹਮਾਰਾ, ਤਭੀ ਤੋ ਇਨਕੇ ਹੋਠ ਲਾਲ ਹੋਤੇ ਹੈ। ਅੱਜ ਸੱਦ ਕੇ ਤੁਹਾਡੇ ਹੁਣ ਮੇਰਾ ਜਾਗਿਆ ਚੰਡੀਗੜ੍ਹ, ਪਿੱਛੋਂ ਇੱਕ ਵਾਰੀ ਤਾਲੀਆਂ ਜਿਹਨਾਂ ਨੂੰ ਪਸੰਦ ਆਇਆ।